ਸਭ ਦੀ ਇੱਛਾ ਸੀ ਸਾਡੀ ਵੀ, ਅਸੀਂ ਵੀ ਚਾਹੁੰਦੇ ਸੀ ਵੀ ਜਿਹੜੇ ਦੋਸ਼ੀ ਨੇ ਉਹਨਾਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਮਿਲੇ। ਅੱਜ ਵੀ ਅਸੀਂ ਚਾਹੁੰਦੇ ਹਾਂ ਕਿ ਜਿਹੜੇ ਵੀ ਦੋਸ਼ੀ ਨੇ ਉਹਨਾਂ ਨੂੰ ਜੋ ਵੀ ਸਖ਼ਤ ਸਜ਼ਾ ਕਾਨੂੰਨ ਸਾਰ ਮਿਲ ਸਕਦੀ ਹੈ ਉਹ ਮਿਲਣੀ ਚਾਹੀਦੀ ਹੈ। ਪ੍ਰਾਪਤੀ ਕਾਂਗਰਸ ਦੀ ਵੀ ਕੁਛ ਨਹੀਂ, ਦੋ ਸਵਾ ਦੋ ਸਾਲਾਂ 'ਚ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬੇਅਦਬੀ ਦੀ ਗੱਲ ਕਰੀਏ, ਬਹਿਬਲ ਕਲਾਂ ਦੀ ਗੱਲ ਕਰੀਏ, ਉਹਨਾਂ ਨੇ ਅੱਜ ਤੱਕ ਕੋਈ ਨਿਚੋੜ ਨਹੀਂ ਕੱਢ ਸਕੇ, ਕੋਈ ਸਿੱਟਾ ਨਹੀਂ ਕੱਢ ਸਕੇ। ਜਿਹਦੀ ਦੇਖ ਜਿੱਦਾਂ ਦੂਰੇ ਪਤਾ ਲੱਗਦਾ ਸੀ ਜਥੇਦਾਰ ਆ ਰਿਹਾ ਅਕਾਲੀ ਦਲ ਦੇ ਜਿਹੜਾ ਵੀ ਪਹਿਰਾਵਾ ਸਿੱਖੀ ਦਾ ਹੈਗਾ, ਜ਼ਿਲ੍ਹਿਆਂ ਦੇ ਜਥੇਦਾਰ ਜਾਂ ਆਪਾਂ ਹੋਰ ਵੀ ਦੇਖੀਏ ਵੀ ਜਿਨ੍ਹਾਂ ਨੇ ਦਾੜੀ ਕੇਸ ਵੀ ਨਹੀਂ ਰੱਖੇ ਹੋਏ ਉਹਨਾਂ ਨੂੰ ਵੀ ਜਿੱਦਾਂ ਮਤਲਬ ਦੇ ਦਿੱਤੇ। ਜਾਂ ਤਾਂ ਮੈਂ ਸਿਆਸਤ ਛੱਡ ਕੇ ਲੰਬੇ ਹੱਕ ਕਰੇ ਬਹਿ ਜਾ ਜਾਂ ਪਾਰਟੀ ਹੁਕਮ ਦੀ ਪਾਲਣਾ ਕਰਾਂ। ਅਸੀਂ ਖਜ਼ਾਨਾ ਕਿੱਥੋਂ ਖਾਲੀ ਕਰਦੇ, ਸਾਡੇ ਨਾਲੋਂ ਵੱਧ ਕਰਜ਼ਾ ਜੇ ਅਸੀਂ ਕਹੀਏ ਤਾਂ ਇਹ ਸਰਕਾਰ ਲੈ ਰਹੀ ਹੈ।